ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੋਗ, ਬਹੁਤ ਇੰਪੋਰਟੈਂਟ ਵਲੋਗ ਹੈ ਅੱਜ ਦਾ। ਅੱਜ ਦੇ ਵਲੋਗ ਦੇ ਵਿੱਚ ਗੱਲ ਕਰਾਂਗੇ ਕੈਨੇਡਾ ਦੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ। ਜੇਕਰ ਤੁਹਾਡੀ ਫਾਈਲ IRCC 'ਚ ਲੱਗੀ ਹੈ ਤਾਂ ਤੁਹਾਨੂੰ ਕਿੰਨਾ ਸਮਾਂ ਲੱਗ ਸਕਦਾ ਹੈ ਆਪਣੇ ਰਿਜ਼ਲਟ ਦਾ ਵੇਟ ਕਰਨ ਦੇ ਲਈ। ਜੇਕਰ ਫਾਈਲ ਲਗਾਉਣੀ ਹੈ, ਲਗਾਉਣ ਵਾਲੇ ਹੋ ਜਾਂ ਫਿਰ ਲਗਾ ਚੁੱਕੇ ਹੋ, ਤਾਂ ਤੁਹਾਡੇ ਲਈ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ। ਕੈਟੈਗਰੀ ਭਾਵੇਂ ਜਿਹੜੀ ਮਰਜ਼ੀ ਹੋਏ, ਭਾਵੇਂ ਸੁਪਰ ਵੀਜ਼ਾ ਦੀ ਗੱਲ ਕਰ ਲਈਏ, ਸਟੱਡੀ ਵੀਜ਼ਾ ਦੀ ਗੱਲ ਕਰ ਲਈਏ, ਵਰਕ ਪਰਮਿਟ ਦੀ ਗੱਲ ਕਰ ਲਈਏ, ਭਾਵੇਂ ਇਨਸਾਈਡ ਕੈਨੇਡਾ, ਭਾਵੇਂ ਆਊਟਸਾਈਡ ਕੈਨੇਡਾ, ਯਾਨੀ ਕਿ PGWP ਦੀ ਗੱਲ ਕਰ ਲਈਏ, ਭਾਵੇਂ ਸਪਾਊਸ ਓਪਨ ਵਰਕ ਪਰਮਿਟ ਦੀ ਗੱਲ ਕਰ ਲਈਏ। ਉਸ ਤੋਂ ਇਲਾਵਾ ਇੰਡੀਆ ਦੀ ਗੱਲ ਕਰਾਂਗੇ, ਪਾਕਿਸਤਾਨ ਦੀ ਗੱਲ ਕਰਾਂਗੇ, ਬਹਿਰੀਨ ਦੀ ਗੱਲ ਕਰਾਂਗੇ ਅਤੇ ਦੁਬਈ ਦੀ ਗੱਲ ਕਰਾਂਗੇ ਕਿ ਇਹਨਾਂ ਕੰਟਰੀਜ਼ ਤੋਂ ਤੁਹਾਨੂੰ ਕਿੰਨਾ ਸਮਾਂ ਲੱਗ ਰਿਹਾ, ਪ੍ਰੈਕਟੀਕਲੀ ਕਿੰਨਾ ਸਮਾਂ ਲੱਗ ਰਿਹਾ, ਕਿਉਂ ਰਿਜ਼ਲਟ ਲੇਟ ਹੋ ਰਹੇ ਨੇ, ਫੈਕਚੁਅਲ ਢੰਗ ਦੇ ਨਾਲ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ canada.ca ਦੇ ਉੱਤੇ ਟਾਈਮ ਕੀ ਦਿੱਤਾ ਹੋਇਆ, ਜੋ ਕਿ ਬਹੁਤ ਵੱਡੇ ਚੇਂਜਸ ਜਿਹੜੇ ਹੈ ਉਹ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਇੰਨੀ ਦਿਨੀ ਆਏ ਆ। 31 ਜਨਵਰੀ ਦਾ ਇਹ ਲਾਸਟ ਅਪਡੇਟ ਹੈ canada.ca ਦੇ ਹਿਸਾਬ ਨਾਲ, ਜੋ ਅੱਜ ਮੈਂ ਤੁਹਾਨੂੰ ਇੰਟਰੋਡਿਊਸ ਕਰਾਂਗਾ। ਉਸ ਤੋਂ ਇਲਾਵਾ ਆਫਟਰ ਫਿੰਗਰਪ੍ਰਿੰਟ, ਜੇਕਰ ਤੁਸੀਂ ਪਹਿਲੀ ਵਾਰ ਫਾਈਲ ਲਗਾ ਰਹੇ ਹੋ ਤਾਂ ਆਫਟਰ ਬਾਇਓਮੈਟ੍ਰਿਕ ਤੁਹਾਡਾ ਇਹ ਪ੍ਰੋਸੈਸਿੰਗ ਟਾਈਮ ਕਾਊਂਟ ਹੁੰਦਾ ਹੈ। ਅਤੇ ਜੇਕਰ ਤੁਸੀਂ ਫਾਈਲ ਰੀਲੌਜ਼ ਕਰ ਰਹੇ ਹੋ, ਦੁਬਾਰਾ ਫਾਈਲ ਲਗਾ ਰਹੇ ਹੋ, ਰਿਫਿਊਜ਼ਲ ਵਗੈਰਾ ਤੋਂ ਬਾਅਦ ਲਗਾ ਰਹੇ ਹੋ, ਤਾਂ ਤੁਹਾਡਾ ਪ੍ਰੋਸੈਸਿੰਗ ਟਾਈਮ ਜਦੋਂ ਤੁਹਾਡੀ ਕਹਿ ਸਕਦਾ ਕਿ ਫਾਈਲ ਲੌਜ਼ ਹੋ ਜਾਂਦੀ ਹੈ, ਉਦਨ ਤੋਂ ਹੀ ਕਾਊਂਟ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਸਬਮਿਸ਼ਨ ਕਨਫਰਮੇਸ਼ਨ ਹੋ ਜਾਂਦਾ। ਸੋ ਵੀਡੀਓ ਸ਼ੁਰੂ ਕਰ ਲੈਂਦੇ ਹਾਂ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ। ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ, ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਹੁੰਦਾ ਤੁਹਾਡੇ ਤੱਕ ਸਹੀ ਅਥੈਂਟਿਕ ਅਤੇ ਰੀਅਲ ਇਨਫੋਰਮੇਸ਼ਨ ਪਹੁੰਚੇ, ਜੋ ਐਕਚੁਅਲ ਦੇ ਵਿੱਚ ਤੁਹਾਨੂੰ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਦਾ ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਕੇਪਸ ਨੋਟ SOP 'ਚ ਹੈਲਪ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਨਾ ਕਰਿਆ। ਹੁਣ 1x1 ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸਟੱਡੀ ਪਰਮਿਟ ਦੀ। ਸਟੱਡੀ ਪਰਮਿਟ ਦਾ ਪ੍ਰੋਸੈਸਿੰਗ ਟਾਈਮ ਹਮੇਸ਼ਾ canada.ca 'ਤੇ ਗਲੋਬਲੀ ਦਿਖਾਇਆ ਜਾਂਦਾ ਹੈ, ਯਾਨੀ ਕਿ ਭਾਵੇਂ ਤੁਸੀਂ ਇੰਡੀਆ, ਭਾਵੇਂ ਇੰਡੀਆ ਤੋਂ ਬਾਹਰ ਕਿਸੇ ਵੀ ਕੰਟਰੀ ਆਊਟਸਾਈਡ ਕੈਨੇਡਾ ਤੋਂ ਫਾਈਲ ਕਰ ਰਹੇ ਹੋ, ਤਾਂ ਤੁਹਾਡਾ ਪ੍ਰੋਸੈਸਿੰਗ ਟਾਈਮ 9 ਵੀਕ ਦਾ ਕਾਊਂਟ ਕੀਤਾ ਜਾਵੇਗਾ ਐਜ਼ ਪਰ canada.ca। ਪਰ ਪ੍ਰੈਕਟੀਕਲੀ ਜੇਕਰ ਜਾਈਏ ਤਾਂ ਵਾਕਈ ਸਟੱਡੀ ਪਰਮਿਟ ਥੋੜ੍ਹੇ ਜਿਹੇ ਹੁਣ ਲੇਟ ਹੋ ਰਹੇ ਨੇ, ਕਿਸੇ ਕਿਸੇ ਰਿਜ਼ਲਟ ਨੂੰ ਤਾਂ 2-2, 3-3 ਮਹੀਨੇ ਤੋਂ ਵੀ ਵੇਟ ਕਰਨਾ ਪੈ ਰਿਹਾ। ਹਾਂ, ਮੋਸਟ ਆਫ ਰਿਜ਼ਲਟ ਜਿਹੜੇ ਨੇ ਉਹ ਵਿਦਇਨ 40 ਡੇਜ਼ ਆ ਜਾਂਦੇ ਨੇ ਮੋਸਟ ਆਫ ਕੇਸਿਸ ਦੇ ਵਿੱਚ। ਹਾਂ, ਪਹਿਲਾਂ ਨਾਲੋਂ ਪ੍ਰੋਸੈਸਿੰਗ ਟਾਈਮ ਥੋੜ੍ਹਾ ਜਿਹਾ ਡਿਲੇ ਹੋਇਆ ਹੈ ਪ੍ਰੈਕਟੀਕਲੀ ਵੀ ਜੇਕਰ ਗੱਲ ਕੀਤੀ ਜਾਵੇ, ਕਿਉਂਕਿ 15-15 7-7 ਦਿਨ 'ਚ ਵੀ ਰਿਜ਼ਲਟ, ਵਿਦਇਨ 24 ਅਵਰਸ 'ਚ ਵੀ ਰਿਜ਼ਲਟ ਜਿਹੜੇ ਆ ਉਹ ਦੇਖੇ ਜਾਂਦੇ ਸੀਗੇ, ਖਾਸ ਕਰਕੇ SDS ਕੇਸ ਦੇ ਵਿੱਚ। ਅਤੇ ਹੁਣ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਥੋੜ੍ਹਾ ਜਿਹਾ ਲੈਂਥੀ ਹੁੰਦਾ ਹੋਇਆ ਨਜ਼ਰ ਆ ਰਿਹਾ ਸਟੱਡੀ ਪਰਮਿਟ ਦਾ। ਇਸ ਦਾ ਰੀਜ਼ਨ ਇਹ ਵੀ ਹੋ ਸਕਦਾ ਕਿ ਜਿਹੜੀ LOI ਵੈਰੀਫਾਈ ਕਰਨੀ ਹੁਣ ਸ਼ੁਰੂ ਕਰ ਦਿੱਤੀ ਐਮਬੈਸੀ ਨੇ, ਉਹਦਾ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ। ਅਤੇ ਉਸ ਤੋਂ ਇਲਾਵਾ ਜਿਹੜੀਆਂ ਇੱਕਦਮ GIC ਡਬਲ ਹੋਣ ਦਾ ਕਰਕੇ ਫਾਈਲਾਂ ਲੱਗੀਆਂ, ਉਹਦਾ ਕਰਕੇ ਵੀ ਬਹੁਤ ਵੱਡਾ ਇੰਪੈਕਟ ਕੈਨੇਡਾ ਦੇ ਖਾਸ ਕਰਕੇ ਸਟੱਡੀ ਵੀਜ਼ਾ ਦੇ ਪ੍ਰੋਸੈਸਿੰਗ ਟਾਈਮ ਦੇ ਉੱਤੇ ਪਿਆ ਹੈ। ਇਹ ਜਿਹੜੀਆਂ ਇੱਕਦਮ ਫਾਈਲਸ ਲੱਗੀਆਂ ਨੇ ਉਹਦੇ ਨਾਲ ਨਾ ਸਿਰਫ ਸਟੱਡੀ ਪਰਮਿਟ ਜਿਹੜਾ ਇਫੈਕਟ ਹੋਇਆ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕਹਿ ਸਕਦੇ ਹਾਂ ਕੈਨੇਡਾ ਦੇ ਕੈਟੈਗਰੀਜ਼ ਨੇ, ਉਹਨਾਂ 'ਤੇ ਵੀ ਪ੍ਰੋਸੈਸਿੰਗ ਟਾਈਮ ਦੇ ਵਿੱਚ ਫਰਕ ਪਿਆ। ਉਸ ਤੋਂ ਬਾਅਦ ਹੁਣ ਗੱਲ ਕਰ ਲੈਂਦੇ ਹਾਂ ਵਰਕ ਪਰਮਿਟ ਦੀ। ਵਰਕ ਪਰਮਿਟ ਦਾ ਜੇਕਰ canada.ca ਦੇ ਹਿਸਾਬ ਨਾਲ ਪ੍ਰੋਸੈਸਿੰਗ ਟਾਈਮ 'ਤੇ ਜਾਂਦੇ ਹਾਂ ਤਾਂ ਇੰਡੀਆ ਤੋਂ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹ 17 ਵੀਕ ਦਾ ਹੋ ਗਿਆ, ਯਾਨੀ ਕਿ ਜੇਕਰ ਪਿਛਲੇ 6 ਮਹੀਨੇ ਜਾਂ 1 ਸਾਲ ਦੀ ਗੱਲ ਕਰ ਲਈਏ ਤਾਂ ਆਪਣੀ ਹਾਈਟ 'ਤੇ ਹੋਏਗਾ। ਹੁਣ ਤੱਕ ਇੰਨਾ ਪ੍ਰੋਸੈਸਿੰਗ ਟਾਈਮ ਪਿਛਲੇ ਖਾਸ ਕਰਕੇ ਕਰੋਨਾ ਤੋਂ ਜਦੋਂ ਆਪਾਂ ਉੱਭਰ ਕੇ ਬਾਹਰ ਆਏ ਹਾਂ ਉਸ ਤੋਂ ਬਾਅਦ ਨਹੀਂ ਸੀਗਾ। ਸੋ ਸਪਾਊਸ ਓਪਨ ਵਰਕ ਪਰਮਿਟ ਦੀ ਗੱਲ ਕਰ ਲਈਏ, ਕਲੋਜ਼ ਵਰਕ ਪਰਮਿਟ ਦੀ ਗੱਲ ਕਰ ਲਈਏ, ਇਹਨਾਂ ਕੇਸਿਸ ਦੇ ਵਿੱਚ ਜੇਕਰ ਆਊਟਸਾਈਡ ਕੈਨੇਡਾ ਤੁਸੀਂ ਇੰਡੀਆ ਤੋਂ ਫਾਈਲਿੰਗ ਕਰਦੇ ਹੋ ਤਾਂ 17 ਵੀਕ ਦਾ ਟਾਈਮ ਲੱਗ ਸਕਦਾ ਹੈ ਤੁਹਾਨੂੰ, ਜੋ canada.ca ਕਹਿ ਰਿਹਾ। 33 ਵੀਕ ਦਾ ਟਾਈਮ ਜਿਹੜਾ ਹੈ ਉਹ ਲੱਗ ਰਿਹਾ ਹੈ
ਪਾਕਿਸਤਾਨ ਤੋਂ, ਅਤੇ 53 ਵੀਕ ਦਾ ਟਾਈਮ ਜਿਹੜਾ ਉਹ UAE ਯਾਨੀ ਦੁਬਈ ਤੋਂ ਲੱਗ ਰਿਹਾ, ਅਤੇ 29 ਵੀਕ ਦਾ ਟਾਈਮ ਜਿਹੜਾ ਉਹ ਬਹਿਰੀਨ ਤੋਂ ਲੱਗ ਰਿਹਾ। ਪ੍ਰੈਕਟੀਕਲੀ ਜੇਕਰ ਆਪਾਂ ਇੰਡੀਆ ਦੇ ਹਿਸਾਬ ਨਾਲ ਜਾਂਦੇ ਤਾਂ ਵਾਕਈ ਰਿਜ਼ਲਟ ਜਿਹੜੇ 3-3 4-4 ਮਹੀਨੇ ਤੋਂ ਲਟਕੇ ਹੋਏ ਨੇ। ਅਕਤੂਬਰ ਨਵੰਬਰ ਦੇ ਰਿਜ਼ਲਟ ਵੀ ਹਾਲੇ ਆਉਣੇ ਬਾਕੀ ਨੇ, ਸਪਤੰਬਰ ਦੇ ਰਿਜ਼ਲਟ ਵੀ ਕਈ ਜਿਹੜੇ ਆ ਉਹ ਹਾਲੇ ਪੈਂਡਿੰਗ ਪਏ ਹੋਏ ਨੇ। ਅਜਿਹੀਆਂ ਅਕਸਰ ਕਾਲਸ ਜਿਹੜੀਆਂ ਨੇ ਉਹ ਆਉਂਦੀਆਂ ਰਹਿੰਦੀਆਂ। ਸੋ ਜੇਕਰ 17 ਵੀਕ ਦੀ ਗੱਲ ਕਰੀਏ, ਤਕਰੀਬਨ ਤੁਸੀਂ 4.5 ਮਹੀਨੇ ਮੰਨ ਕੇ ਚੱਲੋ, 4-5 ਮਹੀਨੇ ਤੱਕ ਤੁਸੀਂ ਵੈਫੋਮ ਵਗੈਰਾ ਵੀ ਰੇਜ਼ ਨਹੀਂ ਕਰਨਾ। ਸੋ ਹੁਣ ਵੇਟ ਕਰਨੀ ਹੈ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਤੁਹਾਡਾ ਪ੍ਰੋਸੈਸਿੰਗ ਟਾਈਮ ਕੰਪਲੀਟ ਨਹੀਂ ਹੋ ਜਾਂਦਾ। ਉੱਧਰ ਪਾਕਿਸਤਾਨ ਦੀ ਗੱਲ ਕਰ ਲਈਏ ਤਾਂ ਵਾਕਈ ਉੱਧਰ ਵੀ ਸੇਮ ਸਿਚੁਏਸ਼ਨ ਹੈ ਕਿ ਬਹੁਤ ਲੇਟ ਹੋ ਰਹੇ ਨੇ ਵਰਕ ਪਰਮਿਟ। ਗੱਲ ਦੁਬਈ ਦੀ ਕਰ ਲਈਏ, ਦੁਬਈ ਦੇ ਵਿੱਚ ਕਿਸੇ ਦਾ ਵਰਕ ਪਰਮਿਟ ਤਾਂ ਬਹੁਤ ਜਲਦੀ ਆ ਜਾਂਦਾ ਹੈ, 3-4 ਮਹੀਨੇ 'ਚ ਆ ਜਾਂਦਾ ਹੈ, ਕਿਸੇ ਕਿਸੇ ਦਾ ਸਾਲਾਂ ਬੱਧੀ ਵੀ ਵੇਟ ਕਰਨਾ ਪੈਂਦਾ। ਸੋ ਜਿੰਨੇ ਵੀ ਕਈ ਵਾਰੀ ਕੀ ਹੁੰਦਾ ਕਿ ਸਪਾਊਸ ਕਿਸੇ ਦਾ ਕੈਨੇਡਾ ਹੁੰਦਾ, ਆਪ ਉਹ ਦੁਬਈ ਵਿੱਚ ਕੰਮ ਕਰ ਰਿਹਾ ਹੁੰਦਾ ਅਤੇ ਦੁਬਈ ਤੋਂ ਹੀ ਉਹ ਫਾਈਲ ਲੌਸ ਕਰ ਦਿੰਦਾ, ਉਹਨਾਂ ਲਈ ਮੇਰੀ ਇੱਕ ਸਲਾਹ ਹੈ ਕਿ ਤੁਸੀਂ ਦੁਬਈ ਤੋਂ ਦੁਬਈ ਦੀ ਜਗ੍ਹਾ ਆਪਣੀ ਕਰੰਟ ਲੋਕੇਸ਼ਨ ਇੰਡੀਆ ਦਿਖਾਓ, ਅਤੇ ਇੰਡੀਆ ਤੋਂ ਆ ਕੇ ਫਾਈਲਿੰਗ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡਾ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹ ਬਹੁਤ ਘੱਟ ਲੱਗੇਗਾ ਕੰਪੈਰੀਜ਼ਨ ਟੂ ਦੁਬਈ ਜਾਂ ਬਹਿਰੀਨ ਦੇ। ਹੁਣ ਉਸ ਤੋਂ ਬਾਅਦ ਗੱਲ ਕਰਾਂਗੇ ਸੁਪਰ ਵੀਜ਼ਾ ਦੀ। ਸੁਪਰ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਇੰਡੀਆ ਤੋਂ 62 ਡੇਜ਼ ਦਾ ਹੈ ਅਤੇ ਪਾਕਿਸਤਾਨ ਤੋਂ 132 ਡੇਜ਼ ਦਾ ਹੈ। ਯਾਨੀ ਕਿ ਸੁਪਰ ਵੀਜ਼ਾ ਦੇ ਰਿਜ਼ਲਟ ਵੈਸੇ ਵੀ 2-2.5 ਮਹੀਨੇ ਦੇ ਵਿੱਚ ਮੋਸਟਲੀ ਆ ਜਾਂਦੇ ਨੇ, ਕਿਸੇ ਕਿਸੇ ਕੇਸ ਦੇ ਵਿੱਚ ਇਹ ਤੋਂ ਵੱਧ ਟਾਈਮ ਲੱਗਦਾ ਜੇਕਰ ਆਪਾਂ ਪ੍ਰੈਕਟੀਕਲੀ ਜਾਂਦੇ ਹਾਂ ਤਾਂ। ਈਵਨ ਕਿ ਕਈ ਕਈ ਰਿਜ਼ਲਟ ਤਾਂ 30 ਦਿਨ ਦੇ ਵਿੱਚ ਵੀ ਆ ਜਾਂਦੇ ਆ ਸੁਪਰ ਵੀਜ਼ਾ ਦੇ। ਹੁਣ ਵਿਜ਼ਟਰ ਵੀਜ਼ਾ ਦੀ ਗੱਲ ਕਰ ਲੈਂਦੇ ਹਾਂ। ਵਿਜ਼ਟਰ ਵੀਜ਼ਾ ਦਾ ਇੰਡੀਆ ਤੋਂ ਟਾਈਮ 29 ਡੇਜ਼ ਦਾ ਹੈ ਕੈਨੇਡਾ .ca ਦੇ ਹਿਸਾਬ ਦੇ ਨਾਲ, 75 ਡੇਜ਼ ਦਾ ਹੈ ਪਾਕਿਸਤਾਨ ਦੇ ਹਿਸਾਬ ਨਾਲ, 102 ਦਿਨ ਦਾ ਦੁਬਈ ਤੋਂ ਅਤੇ 101 ਦਿਨ ਦਾ ਬਹਿਰੀਨ ਤੋਂ। ਬਟ ਇਹਨਾਂ ਦੇ ਜੇਕਰ ਪ੍ਰੈਕਟੀਕਲੀ ਆਪਾਂ ਜਾਂਦੇ ਤਾਂ ਇੰਡੀਆ ਤੋਂ ਜਿਹੜਾ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਆਪਾਂ ਲਗਾਉਂਦੇ ਹਾਂ, ਮੋਸਟ ਆਫ ਕੇਸਿਸ ਦੇ ਵਿੱਚ ਹੁਣ ਰਿਜ਼ਲਟ ਥੋੜ੍ਹੇ ਲੇਟ ਹੋ ਰਹੇ ਨੇ, ਮਹੀਨੇ ਤੋਂ ਵੱਧ ਹੀ ਸਮਾਂ ਲੱਗ ਰਿਹਾ। ਭਾਵੇਂ ਇੱਥੇ 29 ਡੇਜ਼ ਦਿੱਤਾ ਹੋਇਆ ਪਰ ਮੋਸਟ ਆਫ ਕੇਸਿਸ ਦੇ ਵਿੱਚ ਰਿਜ਼ਲਟ ਜਿਹੜੇ ਉਹ ਇੱਕ ਮਹੀਨਾ ਟੱਪ ਰਹੇ ਨੇ। ਕੋਈ ਕੋਈ ਕੇਸ ਹੈ ਜੇਕਰ ਆਪਾਂ ਗੱਲ ਕਰੀਏ ਤਾਂ 10-15% ਹੀ ਕੇਸ ਹੋਣਗੇ ਜਿਹੜੇ ਵਿਦਇਨ 30 ਡੇਜ਼ ਰਿਜ਼ਲਟ ਆ ਜਾ ਰਿਹਾ, ਨਹੀਂ ਤਾਂ 40 ਡੇਜ਼ ਜਾਂ 45 ਡੇਜ਼ ਜਾਂ ਕਿਤੇ ਕਿਤੇ 2-2 ਮਹੀਨੇ ਦਾ ਵੀ ਸਮਾਂ ਜਿਹੜਾ ਉਹ ਲੱਗ ਰਿਹਾ ਕਿਸੇ ਕਿਸੇ ਕੇਸ ਨੂੰ, ਅਤੇ ਕਈ ਫਾਈਲਾਂ ਜਿਹੜੀਆਂ ਨੇ ਉਹ ਬੈਕਲੌਗ ਤੱਕ ਦਾ ਪਾਰਟ ਬਣ ਗਈਆਂ ਨੇ, 6-6 ਮਹੀਨੇ ਤੋਂ ਵੀ ਰਿਜ਼ਲਟ ਜਿਹੜੇ ਆ ਉਹ ਨਹੀਂ ਹੈ। ਹੁਣ ਇਹ ਸਾਰੇ ਪ੍ਰੋਸੈਸਿੰਗ ਟਾਈਮ ਦਾ ਡਿਲੇ ਹੋਣ ਦੇ ਪਿੱਛੇ ਕਾਰਨ ਕੀ ਮੰਨ ਸਕਦੇ ਹਾਂ ਆਪਾਂ? ਸਭ ਤੋਂ ਪਹਿਲਾ ਕਾਰਨ ਤਾਂ ਇਹਦਾ ਇਹ ਮੰਨਿਆ ਜਾ ਸਕਦਾ ਹੈ ਕਿ GIC ਡਬਲ ਹੋਣ ਦੇ ਚੱਕਰ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਫਾਈਲਾਂ ਦੀ ਲੌਜਮੈਂਟ ਹੋਈ ਹੈ, ਬਹੁਤ ਵੱਡੇ ਲੈਵਲ ਦੇ ਉੱਤੇ ਕੈਨੇਡਾ ਲਈ ਫਾਈਲਸ ਲੱਗੀਆਂ ਨੇ, ਖਾਸ ਕਰਕੇ ਸਟੂਡੈਂਟ ਵੀਜ਼ਾ ਦੇ ਕੇਸਿਸ ਦੇ ਵਿੱਚ। ਸੋ ਜਦੋਂ ਜ਼ਿਆਦਾ ਰਸ਼ ਹੋ ਜਾਂਦਾ ਐਮਬੈਸੀ ਦੇ ਵਿੱਚ ਤਾਂ ਨੋਰਮਲ ਜੀ ਗੱਲ ਹੈ ਕਿ ਵੀਜ਼ਾ ਆਫੀਸਰ ਘੱਟ ਹੈ, ਰਸ਼ ਜ਼ਿਆਦਾ ਹੈ ਤਾਂ ਟਾਈਮ ਜਿਹੜਾ ਉਹ ਜ਼ਿਆਦਾ ਲੱਗੇਗਾ। ਉਸ ਤੋਂ ਬਾਅਦ ਡਿਪਲੋਮੈਟਿਕ ਚੇਂਜਸ ਆਏ, ਉਹਦਾ ਵੀ ਇੱਕ ਥੋੜ੍ਹਾ ਬਹੁਤਾ ਇੰਪੈਕਟ ਦੇਖਣ ਨੂੰ ਮਿਲਿਆ, ਅਤੇ ਹੁਣ ਇੰਨੀ ਦਿਨੀ ਜਿਹੜੇ ਨਵੇਂ ਰੂਲਸ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ ਆਇਆ, ਉਹਨਾਂ ਦਾ ਵੀ ਇੱਕ ਬਹੁਤ ਵੱਡਾ ਇੰਪੈਕਟ ਜਿਹੜਾ ਹੈ ਉਹ ਪ੍ਰੋਸੈਸਿੰਗ ਟਾਈਮ ਦੇ ਉੱਤੇ ਪਿਆ, ਕਿਉਂਕਿ ਜਿਹੜਾ ਹੁਣ ਅਟੈਸਟੇਸ਼ਨ ਲੈਟਰ ਦੀ ਗੱਲ ਕਰ ਲਈ ਜਾਂ ਹੋਰ ਜਿਹੜੇ ਵੀ ਵੱਖਰੇ ਵੱਖਰੇ ਤਰੀਕੇ ਦੇ ਬਦਲਾਅ ਹੋਏ ਨੇ ਉਹਨਾਂ ਨੂੰ ਲੈ ਕੇ IRCC ਦੇ ਕਈ ਇੰਪਲੋਈ ਜਿਹੜੇ ਆ ਉਹਨਾਂ 'ਤੇ ਵਰਕ ਕਰ ਰਹੇ ਨੇ, ਇਸ ਵਜ੍ਹਾ ਦੇ ਨਾਲ ਜਿਹੜਾ ਉਹ ਪ੍ਰੋਸੈਸਿੰਗ ਟਾਈਮ ਦੇ ਉੱਤੇ ਇੰਪੈਕਟ ਪਿਆ। ਇਸ ਤੋਂ ਇਲਾਵਾ ਇੱਕ ਇੰਪੈਕਟ ਪ੍ਰੋਸੈਸਿੰਗ ਟਾਈਮ ਦੇ ਉੱਤੇ ਉਹ ਵੀ ਪੈ ਰਿਹਾ ਕਿ ਜਦੋਂ ਇੰਡੀਆ ਦੇ ਵਿੱਚ ਡਿਪਲੋਮੈਟਿਕ ਚੇਂਜਸ ਹੁੰਦੇ ਆ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੋਂ ਡਿਪਲੋਮੈਟ ਜਿਹੜੇ ਨੇ ਉਹ ਚਲੇ ਜਾਂਦੇ ਨੇ, ਉਸ ਦੀ ਵਜ੍ਹਾ ਦੇ ਨਾਲ ਪਹਿਲਾਂ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਥੋੜ੍ਹਾ ਸਮੂਥ ਸੀਗਾ, ਪਰ ਉਹਨਾਂ ਦੇ ਚਲੇ ਜਾਣ ਦਾ ਕਰਕੇ ਵੀ ਇੱਕ ਛੋਟਾ ਮੋਟਾ ਇੰਪੈਕਟ ਜਿਹੜਾ ਉਹ ਪ੍ਰੋਸੈਸਿੰਗ ਟਾਈਮ ਦੇ ਉੱਤੇ ਦੇਖਣ ਨੂੰ ਮਿਲਿਆ। ਉਸ ਤੋਂ ਇਲਾਵਾ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਜੇਕਰ ਆਪਾਂ ਫਾਈਲ ਲਗਾਈ ਹੈ, ਰਿਜ਼ਲਟ ਡਿਲੇ ਹੋ ਰਿਹਾ ਹੈ ਤਾਂ ਸਾਨੂੰ ਕਰਨਾ ਕੀ ਚਾਹੀਦਾ? ਜੇਕਰ ਤੁਹਾਡਾ ਕੈਨੇਡਾ .ca ਦੇ ਹਿਸਾਬ ਨਾਲ ਪ੍ਰੋਸੈਸਿੰਗ ਟਾਈਮ ਜ਼ਿਆਦਾ ਹੋ ਰਿਹਾ ਤਾਂ ਉਸ ਕੇਸ ਦੇ ਵਿੱਚ ਆਪਣੀ ਫਾਈਲ ਅਤੇ ਵੈਬ ਫੋਮ ਵਗੈਰਾ ਰੇਜ਼ ਕਰਨਾ ਸ਼ੁਰੂ ਕਰੋ। ਬਾਰ ਬਾਰ 10-15 ਦਿਨ ਦੇ ਅੰਤਰ ਦੇ ਉੱਤੇ ਤੁਸੀਂ ਵੈਬ ਫੋਮ ਰੇਜ਼ ਕਰ ਸਕਦੇ ਹੋ। ਉਸ ਤੋਂ ਇਲਾਵਾ
ਜੇਕਰ ਜ਼ਿਆਦਾ ਹੀ ਡਿਲੇ ਹੈ, ਯਾਨੀ 6 ਮਹੀਨੇ ਤੋਂ ਵੱਧ ਤੁਹਾਡਾ ਫਾਈਲ ਲੱਗੀ ਹੋ ਗਈ ਹੈ, ਤਾਂ ਫਿਰ ਉਸ ਕੇਸ ਦੇ ਵਿੱਚ ਆਪਣੀ ਫਾਈਲ ਵਿਦਡਰੋਅ ਵੀ ਤੁਸੀਂ ਕਰ ਸਕਦੇ ਹੋ। ਸੋ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ। ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ, ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਹੁੰਦਾ ਤੁਹਾਡੇ ਤੱਕ ਸਹੀ ਅਥੈਂਟਿਕ ਅਤੇ ਰੀਅਲ ਇਨਫੋਰਮੇਸ਼ਨ ਪਹੁੰਚਾਈਏ, ਕਿਸੇ ਵੀ ਤਰ੍ਹਾਂ ਦਾ ਪ੍ਰਮੋਸ਼ਨਲ ਕੰਟੈਂਟ ਤਿਆਰ ਨਾ ਕਰੀਏ। ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।